ਬਾਗੀ ਹੈ ਜੀ ਸਾਰੇ ਅਸੀਂ ਮੈਂ ਤਾਂ ਇਹਨਾਂ ਨੂੰ ਲਾਰੈਂਸ ਨੂੰ ਵੀ ਬਾਗੀ ਮੰਨਦੇ ਲਾਰੈਂਸ ਵੀ ਜਿਹਦੇ ਸ਼ੁਰੂ ਸ਼ੁਰੂ ਦੇ ਵਿੱਚ ਨਾ ਜੀ ਲਾਰੈਂਸ ਨਾਲ ਵੀ ਧੱਕਾ ਆਇਆ ਸੀ ਉਹ ਮੇਰੇ ਬੇਟੇ ਦਾ ਹੀ ਚੇਲਾ ਹੈ ਮੈਂ ਉਹਨਾਂ ਦੇ ਘਰੇ ਵੀ ਗਿਆ ਉਹਦੇ ਮੰਮੀ ਡੈਡੀ ਨੂੰ ਜਾ ਕੇ ਆਖਿਆ ਸ਼ੇਰਾ ਜੇਲ ਚ ਹੁੰਦਾ ਸੀ ਜਦੋਂ ਤਰੀਕ ਤੇ ਆਉਂਦਾ ਸੀ ਇਹ ਉਦੋਂ ਹੁੰਦੀ ਹਰ ਮੁਲਾਕਾਤ ਤੇ ਜਾਂਦਾ ਤਰੀਕ ਤੇ ਜਾਂਦਾ ਸੀ ਸ਼ੇਰੇ ਨੂੰ ਵੀ ਕਦੇ ਤੁਸੀਂ ਕਿਹਾ ਪੈਸੇ ਕੰਨੀਓ ਕਦੇ ਤੰਗ ਨਹੀਂ ਹੋਣ ਦਿੱਤਾ ਨਾ ਨਾ ਲਾਰੈਂਸ ਤੁਸੀਂ ਕਹਿ ਰਹੇ ਹੋ 100 ਕਿੱਲੇ ਦਾ ਮਾਲਕ ਹੈ ਰੌਕੀ ਕੋਲੇ ਵੀ ਕੋਈ ਆਰਥਿਕਤਾ ਦੀ ਦਿੱਕਤ ਨਹੀਂ ਸੀ ਇਸ ਇਲਾਕੇ 'ਚ ਕਿਉਂ ਜ਼ਿਆਦਾ ਵਿੱਕੀ ਗੌਂਡਰ ਇਸ ਇਲਾਕੇ ਤੋਂ ਹੋਇਆ ਫਾਜ਼ਿਲਕਾ ਤੱਕ ਮੈਂ ਪੂਰਾ ਇਲਾਵਾਂ ਰੌਕੀ ਫਿਰ ਸ਼ੇਰਾ ਇੱਥੇ ਕਿਉਂ ਲਾਰੈਂਸ ਵੀ ਮੇਰੇ ਧਰਤੀ ਨੇ ਲਾਰੈਂਸ ਵੀ ਤੁਹਾਡੇ ਇਲਾਕੇ ਦਾ ਇਹ ਧਰਤੀ ਕਿਉਂ ਇਹ ਕ੍ਰਾਈਮ ਪੈਦਾ ਕਰ ਰਹੀ ਹੈ ਇਸ ਚੀਜ਼ ਦਾ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਵੀ ਕਿਉਂ ਪੈਦਾ ਹੋ ਰਿਹਾ ਜੀ ਬਾਗੀ ਹੈ ਜੀ ਸਾਰੇ ਅਸੀਂ ਮੈਂ ਤਾਂ ਇਹਨਾਂ ਨੂੰ ਮਤਲਬ ਸਿਸਟਮ ਤੋਂ ਬਾਗੀ ਇਹਨਾਂ ਨੇ ਗੈਂਗਸਟਰ ਦਾ ਨਾਂ ਦੇ ਤਾ ਜੀ ਕਿਉਂਕਿ ਲਾਰੈਂਸ ਨੂੰ ਵੀ ਬਾਗੀ ਮੰਨਦੇ ਲਾਰੈਂਸ ਵੀ ਜਿਹਦੇ ਸ਼ੁਰੂ ਸ਼ੁਰੂ ਦੇ ਵਿੱਚ ਨਾ ਜੀ ਲਾਰੈਂਸ ਨਾਲ ਵੀ ਧੱਕਾ ਆਇਆ ਸੀਗਾ ਮੈਨੂੰ ਮੈਂ ਉਹਦੇ ਬਾਰੇ ਬੜੀ ਚੰਗੀ ਤਰ੍ਹਾਂ ਜਾਣਨਾ ਜੀ ਉਹ ਮੇਰੇ ਬੇਟੇ ਦਾ ਹੀ ਚੇਲਾ ਹੈ ਮੈਂ ਉਹਨਾਂ ਦੇ ਘਰੇ ਵੀ ਗਿਆ ਉਹਦੇ ਮੰਮੀ ਡੈਡੀ ਨੂੰ ਜਾ ਕੇ ਆਖਿਆ ਜਦੋਂ ਮੈਨੂੰ ਪਤਾ ਲੱਗਾ ਮੇਰਾ ਗੁਆਂਢੀ ਹੈ ਮੈਂ ਦੋ ਵਾਰੀ ਗਿਆ ਜੀ ਉਹਨਾਂ ਦੇ ਘਰੇ ਵੀ ਤੁਸੀਂ ਇਸ ਰਸਤੇ ਨਾ ਤੁਰੋ ਮੁੰਡੇ 'ਤੇ ਕੰਟਰੋਲ ਕਰੋ ਮੇਰਾ ਬੱਚਾ ਤਾਂ ਇੱਥੋਂ ਨਿਕਲ ਗਿਆ ਤੁਹਾਡਾ ਅਜੇ ਕਾਬੂ ਆ ਜਾਏਗਾ ਜੀ ਕਦੋਂ ਗਏ ਸੀ ਮੈਂ ਗਿਆ ਸ਼ੇਰੇ ਤੋਂ ਬਾਅਦ ਨਹੀਂ ਜੀ ਸ਼ੇਰਾ ਜੇਲ੍ਹ 'ਚ ਹੁੰਦਾ ਸੀ ਜਦੋਂ ਤਰੀਕ 'ਤੇ ਆਉਂਦਾ ਸੀ ਇਹ ਉਦੋਂ ਹੁੰਦੀ ਹਰ ਮੁਲਾਕਾਤ 'ਤੇ ਜਾਂਦਾ ਤਰੀਕ 'ਤੇ ਜਾਂਦਾ ਸੀ ਲਾਰੈਂਸ ਮਤਲਬ ਉਦੋਂ ਜਦੋਂ ਜਿਹੜੇ ਤੁਸੀਂ ਮਿਲੇ ਹੋ ਮਿਲਿਆ ਲਾਰੈਂਸ ਨੂੰ ਬਹੁਤ ਸੈਂਕੜੇ ਵਾਰੀ ਲਾਰੈਂਸ ਨੂੰ ਬਹੁਤ ਤੁਹਾਡੇ ਕਹਿਣੇ 'ਚ ਨਹੀਂ ਹੁਣ ਤਾਂ ਕਾਹਦਾ ਜੀ ਕਹਿਣੇ 'ਚ ਉਦੋਂ ਤਾਂ ਮੇਰੇ ਕਹਿਣੇ 'ਚ ਸੀ ਮੈਂ ਤਾਂ ਉਦੋਂ ਸਮਝਾਉਂਦਾ ਸੀ ਵੀ ਪੁੱਤ ਵੀ ਤੂੰ ਕਿਹੜਾ ਮਾੜੇ ਘਰ ਦਾ ਬੱਚਾ ਹੈ 100 ਕਿੱਲਾ ਪੈ ਲਈ ਜੀ ਉਹਨਾਂ ਕੋਲ ਲਾਰੈਂਸ ਦੇ ਪਰਿਵਾਰ ਕੋਲ ਰਸੂਖਦਾਰ ਪਰਿਵਾਰ ਬਿਲਕੁਲ ਜੀ ਬਹੁਤ ਵਧੀਆ ਉਹਦਾ ਮਾਮਾ ਉਦੋਂ ਸੈਸ਼ਨ ਜੱਜ ਐਡੀਸ਼ਨਲ ਸੈਸ਼ਨ ਜੱਜ ਸੀ ਸੱਕਾ ਮਾਮਾ ਉਹਦਾ ਅੰਬਾਲੇ ਮਤਲਬ ਆਰਥਿਕਤਾ ਸਮੱਸਿਆ ਨਹੀਂ ਹੈ ਨਾ ਸ਼ੇਰੇ ਨੂੰ ਵੀ ਕਦੇ ਤੁਸੀਂ ਕਿਹਾ ਪੈਸੇ ਕੰਨੀਓ ਕਦੇ ਤੰਗ ਨਹੀਂ ਹੋਣ ਦਿੱਤਾ ਨਾ ਨਾ ਲਾਰੈਂਸ ਤੁਸੀਂ ਕਹਿ ਰਹੇ ਹੋ 100 ਕਿੱਲੇ ਦਾ ਮਾਲਕ ਹੈ ਰੌਕੀ ਕੋਲੇ ਵੀ ਕੋਈ ਆਰਥਿਕਤਾ ਦੀ ਦਿੱਕਤ ਨਹੀਂ ਸੀ ਕੋਈ ਆਰਥਿਕ ਦੇ ਤੰਗੀ ਸਾਨੂੰ ਨਹੀਂ ਹੈਗੀ ਮਾੜਾ ਬੰਦਾ ਜੀ ਭਲਵਾਨ ਪੈਦਾ ਕਰ ਸਕਦਾ ਜੀ ਘਰ ਕੋਣਾ ਪੈਂਦਾ ਜੀ ਜੇ ਝੋਟਾ ਪਾ ਲਿਆ ਜਾਂ ਕਰੇ ਕੋਈ ਸਪੋਰਟਸਮੈਨ ਨੂੰ ਰੱਖ ਲਿਆ ਜੀ ਮੈਂ ਜੀ ਰੱਬ ਤੋਂ ਡਰ ਕੇ ਆਉਣੇ ਅਸੀਂ ਕਦੀ ਉਹਨੂੰ ਪਾਣੀ ਨਹੀਂ ਸੀ ਪਿਆਇਆ ਜੀ ਆਪਦੇ ਘਰ ਨਹੀਂ ਅਨਾਰਾਂ ਦਾ ਜੂਸ ਨਹੀਂ ਪਿਆ ਸਕਦਾ ਗੰਨਾ ਹੀ ਪਿਆ ਦਿੱਤਾ ਹੈ ਗਾਜਰਾਂ ਦਾ ਪਿਆ ਤਾ ਜੂਸ ਪਿਆਇਆ ਦੁੱਧ ਪਿਆਇਆ ਪਾਣੀ ਨਹੀਂ ਪਿਆਇਆ ਸੀ ਕਦੀ ਸਿਰ 17 ਸਾਲ ਦੀ ਉਮਰ ਦੇ ਵਿੱਚ 1 ਕੁਇੰਟਲ 19 ਕਿਲੋ ਵਜਨ ਸੀ ਜੱਟ ਦਾ ਕਿਤੇ ਸਰੀਰ ਦੇ ਉੱਤੇ ਤੁਸੀਂ ਐਂ ਕਰਕੇ ਚੂੰਡੀ ਨਹੀਂ ਵੱਢ ਸਕਦੇ ਕਿਤੇ ਵੀ